ਪੰਜਾਬ ਚ ਭਾਜਪਾ ਦੇ ਸਾਰੇ ਹੀ ਉਮੀਦਵਾਰ ਚਾਹੁੰਦੇ ਨੇ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਹੋਰੀ ਉਹਨਾਂ ਦੇ ਲਈ ਪ੍ਰਚਾਰ ਕਰਨ ਰੋਡ ਸ਼ੋਅ ਕੱਢਣ ਇਸ ਦੇ ਲਈ ਹੁਣ ਭਾਜਪਾ ਦੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਚਿੱਠੀ ਜਿਹੜੀ ਹੈ ਉਹ ਯੋਗੀ ਹੋਰਾ ਨੂੰ ਲਿਖੀ ਔਰ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਜਲੰਧਰ ਬਟਾਲਾ ਇੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਆ ਸਕਦੇ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਣਗੇ ਜੇਪੀ ਨੱਡਾ ਆਣਗੇ ਅਮਿਸ਼ ਆਣਗੇ ਜ਼ਬਰਦਸਤ ਪ੍ਰਚਾਰ ਜਿਹੜਾ ਵੈ ਬੀਜੇਪੀ ਦੇ ਵੱਲੋਂ ਕੀਤਾ ਜਾਏਗਾ ਸੁਨੀਲ ਜਾਕਰ ਹੋ ਰਹਾ ਨਾਲ ਗੱਲਬਾਤ ਕਰਦੇ ਹਾਂ ਜਾਕਰ ਸਾਹਿਬ ਪ੍ਰਧਾਨ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਕਹਿੰਦੇ ਕਿ ਸਭ ਤੋਂ ਜ਼ਿਆਦਾ क्रेज ਜਿਹੜਾ ਤੁਹਾਡੇ ਕੋਲ ਜਿਹੜੇ ਲਗਾਤਾਰ ਰਿਕੁਐਸਟ ਆ ਰਹੀਆਂ ਉਹ ਰਿਕੁਐਸਟ ਆ ਰਹੀਆਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜ਼ਰੂਰ ਸਾਡੇ ਏਰੀਏ 'ਚ ਬੁਲਾਓ ਤੁਸੀਂ ਕਿੱਥੋਂ ਕਿੱਥੋਂ ਰਿਕੁਐਸਟ ਆਈ ਹੈ ਔਰ ਕਿਹੜੇ-ਕਿਹੜੇ ਏਰੀਏ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆ ਸਕਦੇ ਔਰ ਇਸ ਦੀ ਵਜ੍ਹਾ ਕੀ ਹੈ ਜਿੱਥੇ ਤਾਂ ਹੀ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਸਾਹਿਬ ਦਾ ਸਵਾਲ ਹੈ ਉਹ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾਅ ਹੈ ਉਹਨਾਂ ਨੇ ਆਣਾ ਹੀ ਆਣਾ ਹੋਰ ਕਿਤੇ ਜਾਣ ਨਾ ਜਾਣ ਪੰਜਾਬ ਜ਼ਰੂਰ ਆਣਗੇ ਹਮੇਸ਼ਾ ਜੀ ਬਿਲਕੁਲ ਉਹਨਾਂ ਦਾ ਵੀ ਜਿਸ ਕਿਸਮ ਦਾ ਜੁੜਾਅ ਪੰਜਾਬ ਦੇ ਨਾਲ ਹੈ ਤੇ ਉਹਨਾਂ ਨੂੰ ਹੀ ਆਣਾ ਹੈ ਇਸ ਕਰਕੇ ਅੱਜ ਜਦੋਂ ਯੋਗੀ ਜੀ ਦੀ ਆਵਾਜ਼ ਉੱਠਦੀ ਹੈ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਅਦਿੱਤਿਆਨਾਥ ਯੋਗੀ ਜੀ ਉਸ ਬਿਮਾਰੀ ਦਾ ਇਲਾਜ ਹੈਗੇ ਜਿਹਦੇ ਨਾਲ ਪੰਜਾਬ ਗਰਸਤ ਹੈ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਅੱਜ ਜਿਹੜੀ ਬਿਮਾਰੀ ਹੈ ਲਾਅ ਐਂਡ ਆਰਡਰ ਦੀ ਹੈ ਸਾਹਿਬ ਅੱਜ ਅਰਾਜਕਤਾ ਪੈਲੀ ਹੋਈ ਹੈ ਅੱਜ ਇੱਥੇ ਬਦਮਾਸ਼ੀਆਂ ਖੋਵਾਂ ਲੁੱਟਾਂ ਫਿਰੋਤੀਆਂ ਡਰੱਗਸ दारू ਜੇਲਾਂ ਦੇ ਅੰਦਰੋਂ ਵਪਾਰ ਜਿਹੜੇ ਚੱਲ ਰਹੇ ਆ ਇਹ ਸਾਰੇ ਅੱਜ ਕੋਈ ਵੀ ਮਹਿਲਾ ਛੱਡ ਕੋਈ ਬੰਦਾ ਵੀ ਅੱਜ ਘਰੋਂ ਬਾਹਰ ਨਿਕਲਦਾ ਸੁਰੱਖਿਤ ਹੈ ਨਹੀਂ ਇਸ ਕਰਕੇ ਸਾਰਿਆਂ ਦੇ ਨੇ ਇਹ ਵਿੱਚ ਕਿਰਾਂ ਆ ਕੇ ਉਹ ਇਹਨਾਂ ਨੂੰ ਸਮਝਾ ਕੇ ਜਾਣ ਵੀ ਰਾਜ ਕਿਸ ਤਰ੍ਹਾਂ ਚਲਾਈਦਾ ਹੈ ਗਵਰਨਰ ਗਵਰਨਮੈਂਟ ਕਿਉਂ ਬਣਦੀ ਹੈ ਲਾਅ ਐਂਡ ਆਰਡਰ ਕਿਸ ਚੀ ਦੀ ਦਾ ਨਾਮ ਹੈ ਇੱਥੇ ਤਾਂ ਲਾਅ ਐਂਡ ਆਰਡਰ ਨਾਮ ਦੀ ਗੱਲ ਹੀ ਖਤਮ ਹੋ ਗਈ ਪੰਜਾਬ ਕਿਹੜੀ ਕਿਹੜੀਆਂ ਸੀਟਾਂ ਤੇ ਯੋਗੀ ਹੁਰੀਆਂ ਆਣਗੇ ਔਰ ਕੀ 13 ਦੇ 13 ਕੈਂਡੀਡੇਟ ਨੇ ਕਿਹਾ ਕਿ ਯੋਗੀਆਂ ਹਰੇਕ ਤਾਂ ਸਭ ਜਿੱਥੇ ਮੋਦੀ ਜੀ ਦੀ ਆਵਾਜ਼ ਉੱਠਦੀ ਹੈ ਅਮਿਸ਼ਾ ਜੀ ਵਾਸਤੇ ਗੱਲ ਕਰਦੇ ਉਹ ਤਾਂ ਲੋਕ ਟੇਕ ਫॉर ਗਰੰਟੀਡ ਵੀ ਉਹਨਾਂ ਨੇ ਤਾਂ ਆਣਾ ਹੀ ਆਣਾ ਤੇ ਬਾਕੀ ਯੋਗੀ ਜੀ ਦੀ ਵੀ ਡਿਮਾਂਡ ਹਰੇਕ ਪਾਸਿਓਂ ਆ ਰਹੀ ਹੈ ਵੀ ਯੋਗੀ ਜੀ ਨੂੰ ਵੀ ਪੰਜਾਬ ਦੇ ਅੰਦਰ ਆ ਕੇ ਘੱਟੋ ਘੱਟ ਉਹਨਾਂ ਨੂੰ ਦੇਖ ਕੇ ਸ਼ਾਇਦ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਜ਼ਾਕ ਕਰਨਾ ਭੁੱਲ ਜਾਣ ਤੇ ਸੀਰੀਅਸness ਵਾਲੇ ਪਾਸੇ ਤੁਰਨ ਵੀ ਕਿਸ ਤਰ੍ਹਾਂ ਸਰਕਾਰਾਂ ਚਲਾਈ ਦੀਆਂ ਇਸ ਕਰਕੇ ਮੰਗ ਉੱਠ ਰਹੀ ਹੈ ਜਾਣਕਾਰੀ ਮਿਲੀ ਕਿ 19 ਤਰੀਕ ਤੋਂ ਬਾਅਦ ਆ ਸਕਦੇ ਕੋਈ ਰੋਡ ਮੈਪ ਹੈ ਕਦੋਂ ਕਦੋਂ ਕਿੱਥੇ ਕਿੱਥੇ ਅੱਜ ਕੋਈ ਉਹਨਾਂ ਦੇ ਫਾਈਨਲਾਈਜ਼ਡ ਪ੍ਰੋਗਰਾਮ ਨਹੀਂ ਹੋਇਆ ਪਰ ਸਾਡੀ ਰਿਕੁਐਸਟ ਉਹਨਾਂ ਨੂੰ ਮੈਂ ਪਾਈ ਹੈ ਬਿਕਾਜ਼ ਉਹਨਾਂ ਦੇ ਆਫਿਸ ਤੋਂ ਆਇਆ ਸੀ ਉਦਾਸਤ ਕਿ ਕਿੱਥੇ ਕਿੱਥੇ ਪ੍ਰੋਗਰਾਮ ਕਰਾਣੇ ਹਨ ਜਿਸ ਕਿਸਮ ਦੀ ਉਹਨਾਂ ਦੀ ਟਾਈਮ ਦੀ ਸੂਟੇਬਲ ਟਾਈਮ ਉਹਨਾਂ ਕੋਲ ਹੋਇਆ ਜਿੰਨੇ ਪ੍ਰੋਗਰਾਮ ਕਰ ਸਕਦੇ ਆ ਕਿੰਨੇ ਪ੍ਰੋਗਰਾਮ ਤੁਸੀਂ ਕਿਹਾ ਔਰ ਰੋਡ ਸ਼ੋ ਹੋਣਗੇ ਰੈਲੀ ਹੋਏਗੀ ਅੱਗੇ ਦੀ ਆਪਾਂ ਪਹਿਲਾਂ ਡੇਟ ਸੈੱਟ ਹੋ ਜਾਣ ਟਾਈਮ ਉਹਨਾਂ ਦਾ ਆ ਜਾਏ ਉਹਦੇ ਬਾਅਦ ਜਿਸ ਕਿਸਮ ਦਾ ਵੀ ਸੁਵਿਧਾ ਹੋਊਗੀ ਕਿਉਂਕਿ ਅੱਜਕੱਲ ਰੋਡ ਸ਼ੋ ਦਾ ਵੀ ਮਸਲਾ ਹੈ ਨਹੀਂ ਜਿ ਅੱਜਕੱਲ ਹੁਣ ਹੀਟ ਵੇਵ ਦੀ ਆਰੇ ਅਸੀਂ ਨਹੀਂ ਚਾਹਦੇ ਵੀ ਕਿਸੇ ਦਾ ਨੁਕਸਾਨ ਇਸ ਕਿਸਮ ਦਾ ਕੋਈ ਕਿਸੇ ਨੂੰ ਕੀ ਹਾਨੀ ਪਹੁੰਚੇ ਤੁਸੀਂ ਕਿਹਾ ਕਿ ਲੁਧਿਆਣਾ ਰਾਤ ਰੁਕਣ ਇਸ ਗੱਲ ਦੀ ਰਿਕਵੈਸਟ ਕੀਤੀ ਕਿ ਕਰਕੇ ਰਾਤ ਨੂੰ ਖੁੱਲਾ ਟਾਈਮ ਹੁੰਦਾ ਸਾਬ ਲੋਕ ਜਿਹੜੇ ਉੱਥੇ ਕੰਮ ਕਰਨ ਵਾਲੇ ਫੈਕਟਰੀਜ਼ ਜਾਦਾ ਹੈ ਵੇਲੇ ਜਾਣਗੇ ਉਹ ਵੀ ਸ਼ਾਮ ਨੂੰ ਟਾਈਮ ਕੱਢ ਕੇ ਤੇ ਕੁਝ ਉਹਨਾਂ ਦਾ ਯੂਪੀ ਹੈ ਉਸ ਪਾਸੇ ਸਾਡੇ ਜਿਹੜੇ ਬਿਹਾਰ ਤੋਂ ਸਾਥੀ ਆਏ ਬੈਠੇ ਹੈ ਉਹ ਵੀ ਆਪਣੀ ਗੱਲਾਂ ਦੁੱਖ ਦਰਦ ਸਾਂਝਾ ਕਰਨਾ ਚਾਣਗੇ ਵੀ ਉਹਨਾਂ ਨਾਲ ਗੱਲ ਕਰ ਲਈਏ ਇਸ ਕਰਕੇ ਰਿਕਵੈਸਟ ਕੀਤੀ ਸੀ ਵੀ ਅਗਰ ਸ਼ਾਮ ਦਾ ਟਾਈਮ ਕੱਢ ਕੇ ਤੇ ਰਾਤ ਨੂੰ ਜੀ ਕਿਤੇ ਲੁਧਿਆਣੇ ਰੁਕ ਜਾਣ ਦੰ ਬਲੇ ਬਲੇ ਲੇਕਿਨ ਦੂਜੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਚਾਹੇ ਲੁਧਿਆਣੇ ਦੇ ਵਿੱਚ ਹੋਵੇ ਪਟਿਆਲੇ ਦੇ ਵਿੱਚ ਹੋਵੇ ਅਮ੍ਰਿਤਸਰ ਦੇ ਵਿੱਚ ਹੋਵੇ ਹਰ ਇੱਕ ਸੀਟ ਤੇ ਜ਼ਬਰਦਸਤ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਤੁਸੀਂ ਜ਼ਿਕਰ ਕੀਤਾ ਕਿ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਮੋਰਾ ਉਸ ਵਾਰ ਪੰਦੇਰ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਭਾਜਪਾ ਸਾਡਾ ਅੰਦੋਲਨ ਖਤਮ ਕਰਨਾ ਚਾਹਦੀ ਹੈ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਸਾਡੇ ਖਿਲਾਫ ਭਾਜਪਾ ਸਾਜਸ਼ਣ ਰਚਦੀ ਹੈ ਇਹ ਕਿਸਾਨਾਂ ਕੋ ਕਹਿੰਦੇ ਨਜ਼ਰ ਆਏ ਨਹੀਂ ਨਹੀਂ ਮੈਂ ਸਮਝਦਾ ਮੈਂ ਕਿਤੇ ਨਹੀਂ ਰੋਕਿਆ ਉਹਨਾਂ ਨੂੰ ਵੀ ਤੁਸੀਂ ਸਾਡੇ ਖਿਲਾਫ ਕਰਨਾ ਬੰਦ ਕਰ ਦਿਓ ਮੈਂ ਤਾਂ ਤੁਹਾਡੇ ਸਾਹਮਣੇ ਸਟੇਜ ਤੇ ਕਿਹਾ ਪਤਾ ਨਹੀਂ ਤੁਸੀਂ ਆ ਮੈਨੂੰ ਸਵਾਲ ਪੁੱਛ ਰਹੇ ਥੋੜੇ ਚੈਨਲ ਤੇ ਮੈਂ ਗੱਲ ਕਰਕੇ ਆ ਮੈਂ ਤਾਂ ਉਹਨਾਂ ਨੂੰ ਨਿਯੋਨਤਾ ਦਿੱਤਾ ਹੈ ਮੈਂ ਪੰਦੇਰ ਸਾਹਿਬ ਨੂੰ ਰਾਜੇਵਾਲ ਸਾਹਿਬ ਨੂੰ ਇਹ ਜਿੰਨੇ ਵੀ ਸਾਹਿਬ ਹੈ ਸਾਰਿਆਂ ਨੂੰ ਮੇਰੀ ਤੈਨਹੀਂ ਬੇਨਤੀ ਹੈ ਕਿ ਤੁਸੀਂ ਭਾਜਪਾ ਦਾ ਵਿਰੋਧ ਕਰਨਾ ਕਰੋ ਪੰਜਾਬ ਦੇ ਲੋਕਾਂ ਨਾਲ ਤਾਂ ਤੁਹਾਡੀ ਕੋਈ ਖੁੰਦਕ ਨਹੀਂ ਭਾਜਪਾ ਨਾਲ ਹੈ ਤੁਸੀਂ ਭਾਜਪਾ ਦਾ ਵਿਰੋਧ ਕਰੋ ਆਪਣਾ ਮਨ ਚਲਾ ਲਓ ਨਹੀਂ ਤਾਂ ਕਿ세 ਕਿਉਂਕਿ ਹੁਣ ਤਾਂ ਫਾਰਮ ਭਰ ਨਹੀਂ ਸਕਦੇ ਡੇਟ ਨਿਕਲ ਗਈ ਲਾਸਟ ਡੇਟ ਕਿਸੇ ਦਾ ਲੜ ਲੱਜੋ ਕਿਸੇ ਦੇ ਚਾਹੇ ਆਮ ਆਦਮੀ ਪਾਰਟੀ ਦੇ ਨਾਲ ਲੱਜੋ ਚਾਹੇ ਕਾਂਗਰਸ ਦੇ ਨਾਲ ਲੱਜੋ ਤੇ ਡਟ ਕੇ ਵਿਰੋਧ ਕਰੋ ਕਿਉਂਕਿ ਤੇ ਘਟੋ ਘਟ ਕੋਈ ਬੰਦੇ ਜਿਹੜੇ ਤੁਹਾਡੇ ਸਪੋਰਟਰ ਜਿਹਨੂੰ ਤੁਸੀਂ ਜਿਤਾ ਕੇ ਭੇਜੋਗੇ ਜਾ ਕੇ ਪਾਰਲੀਮੈਂਟ 'ਚ ਤੁਹਾਡੀ ਗਲਤ ਆ ਕਰਨਗੇ ਪਰ ਤੁਸੀਂ ਜੇ ਡਾਂਗਾ ਕੱਢ ਕੇ ਬਰਨਾਲੇ ਮੰਡੀ 'ਚ ਇਹ ਵਪਾਰੀਆਂ ਦੇ ਨਾਲ ਝਗੜਾ ਕਰੋਗੇ ਬਦਨਾਮੀ ਕੀ ਦੀ ਹੁੰਦੀ ਹੈ ਤੁਸੀਂ ਦੱਸੋ ਪੰਕਜ ਜੀ ਕਿਸੇ ਨੇ ਰਾਜਵਾਲ ਸਾਹਿਬ ਦਾ ਨਾਮ ਨਹੀਂ ਲੈਣਾ ਕਿਸੇ ਨੇ ਪੰਦੇਜੋਰਾ ਦਾ ਨਾਮ ਨਹੀਂ ਲੈਣਾ ਸਾਰਿਆਂ ਨੇ ਕਹਿੰਦੇ ਕਿਸਾਨ ਕਰੀ ਜਾਂਦੇ ਜੀ ਜੱਟ ਆ ਕੇ ਪਿੰਡਾਂ 'ਚ ਆ ਕੇ ਸਾਨੂੰ ਵਕਤ ਬੰਦੇ ਆਪਾਂ ਕਿਉਂ ਆ ਫਰਕ ਪਾ ਰਹੇ ਹਾਂ ਸਾਬ ਮੇਰੀ ਬੇਨਤੀ ਹੈ ਸਾਰੇ ਸਾਰੇ ਜਿੰਨੇ ਵੀ ਲੀਡਰ ਸਾਹਿਬਾਨ ਹੈ ਰਾਜੀਵਾਲ ਸਾਹਿਬ ਨਾਲ ਮੇਰੇ ਅچھے ਸੰਬੰਧ ਹੈ ਬੰਦੀਰ ਸਾਹਿਬ ਰਹਿ ਨੂੰ ਮੈਂ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ ਸਾਰਿਆਂ ਨੂੰ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਤੁਸੀਂ ਕਾਂਗਰਸ ਆਪਣਾ ਬੀਜੇਪੀ ਨਾਲ ਕਰੋ ਜਿਹੜਾ ਕਰਨ ਬੀਜੇਪੀ ਦੇ ਨਾਲ ਖਿਲਾਫ ਬੋਲੋ ਪਰ ਰੱਖੋ ਸ਼ਾਂਤੀ ਗੁਰੂ ਆ ਨਹੀਂ ਵੀ ਤੁਸੀਂ ਕਾਨੂੰਨ ਆਪਣੇ ਹੱਥ ਚ ਲੈਓ ਆ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਨਾ ਪੁਲਿਸ ਵਾਲਿਆਂ ਕੋਲ ਇਜਾਜ਼ਤ ਕਿਸੇ ਦੇ ਧੱਕਾ ਕਰਨ ਨਾ ਚਾਹੇ ਵਰਦੀ ਪਾ ਰੱਖ ਕੇ ਦਾ ਮਤਲਬ ਆ ਨਹੀਂ ਵੀ ਤੁਸੀਂ ਕਾਨੂੰਨ ਬਿਯੋਂਡ ਵਟ ਇਜ਼ ਪਰਮਿਸਿਬਲ ਦੇ ਬਾਹਰ ਜਾ ਕੇ ਕੋਈ ਕਾਰਵਾਈ ਕਰੋ ਵਿਧਾਨ ਲੋਕ ਜੋਗੂ ਸੇ ਟੋੜਾ ਤੁਸੀਂ ਕਰੋ ਇਸੇ ਤਰ੍ਹਾਂ ਮੈਂ ਗਲਚ ਹਰਾ ਪਰਨਾ ਪਾ ਕੇ ਤੇ ਮੈਂ ਹੈ ਕਿ ਮੈਂ ਆ ਤਾਂ ਨਹੀਂ ਵੀ ਮੈਂ ਕਾਨੂੰਨ ਤੋ ਉੱਤੇ ਹੋ ਗਿਆ ਵੀ ਮੈਂ ਕਿਸਾਨ ਦਾ ਨਾਮ ਲੈ ਲਿਆ ਸੋ ਬੇਨਤੀ ਹੈ ਕਿਸਾਨ ਤੇ ਵਪਾਰੀ ਦੇ ਵਿੱਚ ਫਰਕ ਨਾ ਪਾਓ ਆ ਮਸਲਾ ਆਪਣਾ ਸੁਲ ਜਾਓ ਚਾਹੇ ਬਰਨਾਲੇ ਹੈ ਚਾਹੇ ਮੈਂ ਦੇਖ ਰਿਹਾ ਸੀ ਰਾਮਪੁਰੇ ਫੂਲ ਤਾਂ ਉਹਦੇ ਮੇਰੇ ਖਿਆਲ ਸਿਪਾਹੀ ਦੇ ਹੱਥੋਂ ਪੜ ਤੋਂ ਪੜ ਮਾਰਤੇ ਇਹਨਾਂ ਨੇ ਆ ਆ ਕੋਈ ਅੱਛੇ ਸੰਕੇਤ ਨਹੀਂ ਸਕਾ ਅਗਰ ਬਰਨਾਲੇ ਜਿਹੜਾ ਇਸ਼ੂ ਆ ਰਿਹਾ ਸਾਹਮਣੇ ਵੀ ਕੋਈ ਪੈਸੇ ਲੈ ਗਿਆ ਇਮੀਗ੍ਰੇਸ਼ਨ ਵਾਲਾ ਅਟਾ ਥਾਂ ਤੋਂ ਹੀ ਜਾਂਦਾ ਸਭ ਆ ਕੌਣ ਜ਼ਿੰਮੇਵਾਰ ਕੌਣ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਉਹਨਾਂ ਦੇ ਜਾ ਕੇ ਧਰਨੇ ਬੈਠੋ ਹੈ ਵੀ ਮੁੱਖ ਮੰਤਰੀ ਜੀ ਦੇ ਅਲੱਗ ਹੈ ਇਸ ਤੋਂ ਵੱਡੀ ਸ਼ਰਮ ਵਾਲੀ ਕੀ ਗੱਲ ਹੋਊਗੀ ਵੀ ਬਰਨਾਲੇ ਦੇ ਅੰਦਰ ਹੋ ਰਿਹਾ ਤੇ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਨੂੰ ਚੱਕੀ ਫਿਰਦੇ ਫਿਰਦੇ ਕੇਜਰੀਵਾਲ ਸਾਹਿਬ ਨੂੰ ਜਵਾਕ ਕੇ ਸਰ ਕੋ ਆਪ ਮੁੱਖ ਮੰਤਰੀ ਉਹਨਾਂ ਨੂੰ ਕਰਨ ਦਿਓ ਰੋਡ ショ ਤੁਸੀਂ ਜਾ ਕੇ ਬੈਠੋ ਬਰਨਾਲੇ ਨਿਵੇੜੋ ਇਸ ਕੰਮ ਨੂੰ ਲੇਕਿਨ ਉਹ ਕਹਿੰਦੇ ਕਿ ਬੀਜੇਪੀ તોડન دی કોશિશ આ પૈસે પૈસે دی ઓફર ਜਿਹੜੀ ਕੀਤੀ ਗਈ ਇਹ ਪੰਦੇਰ ਹੋਣਾ ਨੇ ਕਿਹਾ ਮੈਂ ਪੰਦੇਰ ਸਾਹਿਬ ਨੂੰ ஆல்ਦੀਊ ਰਿਸਪੈਕਟ ਮੈਂ بڑے সম্মਾਨ ਨਾਲ ਕਹਿੰਦਾ ਆ ਲਾਈਨ ਤੁਸੀਂ ਜਿਹੜੀ ਬੋਲ ਰਹੇ ਹੋ ਆ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਬੋਲਦੇ ਰਹੇ ਐ ਤੇ ਮੈਂ ਉਹਨੂੰ ਵੀ ਕਿਹਾ ਸੀ ਵੀ ਜਿਹਨਾਂ ਦੀ 5-5 ਲੱਖ ਰੁਪਈਆ ਚ ਤੇ ਐਮਐਲਏ बिकਦੇ ਐ ਇਹਨਾਂ ਦੇ ਸਰਾਰੀ ਸਾਹਿਬ ਦਾ ਕਿੰਨੇ ਦਾ ਮਸਲਾ ਸੀਗਾ ਆਪਣੇ ਕੋਟ ਫੱਤਾ ਜੀ ਕਿੰਨੇ 5 ਲੱਖ ਰੁਪਏ ਚ ਪਕੜੇਗੇ ਜੇਲ੍ਹ ਜਾਏ ਸਾਬ ਤੁਸੀਂ 10 ਕਰੋੜ ਦੀ ਗੱਲ ਕਰਦੇ ਪਾਉਣ ਦਿੰਦੇ 10 ਕਰੋੜ ਕੋ ਪੇੜਾ ਤਾਂ ਲੱਗਦੇ ਹੁੰਦੇ ਫਿਰ ਕਿਸਾਨ ਬੈਠੇ ਕਿਉਂ ਹੁੰਦੇ ਜਿੱਤਰਨੇ ਦੇ ਮਜ਼ਾਕ ਬਣਾ ਰੱਖਿਆ ਸਾਬ ਇਹਦੇ ਕਰਕੇ ਕਈ ਵਾਰ ਗੂ ਆਣ ਲੱਗ ਜਾਂਦੀ ਬਿਨਾਂ ਚੋ ਕਿਤੇ ਆਮ ਆਦਮੀ ਪਾਰਟੀ ਆ ਕਾਂਗਰਸ ਤਾਂ ਨਹੀਂ ਬੋਲ ਰਹੀ ਆ ਆ ਲਾਈਨ ਐਗਜ਼ੈਕਟਲੀ ਉਹਨਾਂ ਦੇ ਨਹੀਂ ਕਿ ਸਭ ਭਗਵੰਦਾਨ ਜੀ ਨੇ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਐਮ ਐਲ ਏ ਨੂੰ 10-10 ਕਰੋੜ ਰੁਪਏ ਦੇ ਰਹੇ ਹੈ ਇਹ ਵੀ ਆਗੇ ਵੀ ਸਾਨੂੰ 10 ਕਰੋੜ ਰੁਪਏ ਦੇ ਰਹੇ ਹੈ ਸਟੈਂਡਰਡ ਰੇਟ ਹੈਗੇ ਹਜੇ ਕੱਲ ਬ ਚਾਹੇ ਉਹ ਪੋਲੀਟੀਕਲ ਪਾਰਟੀ ਦਾ ਲੀਡਰ ਹੈ ਚਾਹੇ ਉਹ ਕਿਸਾਨਾਂ ਦਾ ਲੀਡਰ ਹੈ ਚਾਹੇ ਉਹ ਪਾਰੀਆਂ ਦਾ ਲੀਡਰ ਹੈ ਲੋ ਜੀ 10 ਕਰੋੜ ਰੁਪਇਆ ਰੇਟ ਹੈ ਪਰ ਤੁਹਾਨੂੰ ਲੱਗਦਾ ਨੁਕਸਾਨ ਹੋਏਗਾ ਜਦੋਂ ਟ੍ਰੇਨਾਂ ਰੁਕੀਆਂ ਹੋਈਆਂ ਕਈ ਥਾਵਾਂ ਤੇ ਬੀਜੇਪੀ ਨੂੰ ਵੀ ਨੁਕਸਾਨ ਹੋਏਗਾ ਜਾਂ ਪੰਜਾਬ ਨੂੰ ਨੁਕਸਾਨ ਬੀਜੇਪੀ ਆਪਣਾ ਨੁਕਸਾਨ ਚੱਲੂਗੀ ਸਾਬ ਵੀ ਐਸੀ ਐਸੀ ਰਾਜਨੀਤਿਕ ਲੜਾਈ ਲੜ ਰਹੇ ਕਿ ਲੋਕਾਂ ਦਾ ਕੀ ਕਸੂਰ ਹੈ ਨੁਕਸਾਨ ਹੋਊਗਾ ਲੋਕਾਂ ਦਾ ਤੁਸੀਂ ਇਹ ਸਵਾਲ ਪੁੱਛ ਰਹੇ ਤੁਸੀਂ ਉਹਨਾਂ ਨੂੰ ਪੁੱਛੋ ਸਾਬ ਰੋਜ਼ ਦੀਆਂ ਕੱਲ ਤੁਸੀਂ ਅਖਬਾਰ ਪੜ੍ਹਿਆ ਰੇਲਵੇ ਡਿਪਾਰਟਮੈਂਟ ਨੇ ਕਿਹਾ ਰੋਜ਼ ਦੀਆਂ 69 ਗੱਡੀਆਂ ਸੀ ਡਾਇਵਰਟ ਕਰ ਰਹੇ ਆ ਪੰਜ-ਪੰਜ 7-7 ਘੰਟਿਆਂ ਦਾ ਡਿਲੇ ਹੋ ਰਿਹਾ ਹੈ ਅੱਜ ਤੁਸੀਂ ਦੇਖਿਆ ਹੋਣਾ ਵੀ ਅੱਜ ਲੁਧਿਆਣੇ ਦੇ ਅੰਦਰ ਕੰਟੇਨਰਸ ਨਹੀਂ ਮਿਲ ਰਹੇ ਬਿਕੋਜ਼ ਆਵਾਜਾ ਬਈ ਬੰਦ ਹੋ ਗਈ ਐਕਸਪੋਰਟ ਵਾਲੇ ਜਿਹੜੇ ਐਕਸਪੋਰਟ ਦਾ ਆਰਡਰ ਤਾਂ ਤੁਹਾਡਾ ਇੱਕ ਦਿਨ ਲੇਟ ਹੋਇਆ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਹੈ ਐਲ ਸੀ ਜਿਹੜੀ ਕੈਨਸਲ ਹੋ ਗਈ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਰਿਹਾ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਛੱਡੋ ਗਰੀਬ ਜਿਨ੍ਹਾਂ ਨੇ ਵਿਚਾਰਿਆਂ ਨੇ ਟ੍ਰੇਨ ਤੇ ਚੜ ਕੇ ਜਾਣਾ ਹੈ ਵੱਡਾ ਬੰਦਾ ਤਾਂ ਫਿਰ ਵੀ ਚਲੋ ਭਾਈ ਜਾਜ ਪੜ ਕੇ ਆਪਣੀ ਕਾਰ ਚ ਜਾਵਡੋ ਉਹਨਾਂ ਨੇ ਟ੍ਰੇਨ ਤੇ ਜਾਣਾ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ ਮੇਰੀ ਬੇਨਤੀ ਹੈ ਤੁਸੀਂ ਬੀਜੇਪੀ ਦਾ ਕਰੋ ਵਿਰੋਧ ਮੈਂ ਬਿਲਕੁਲ ਨਹੀਂ ਤੁਹਾਨੂੰ ਟੋਕਦਾ ਨਾ ਹੀ ਤੁਹਾਨੂੰ ਕੋਈ 10 ਕਰੋੜ ਰੁਪਏ ਦੇਂਦਾ ਨਾ ਹੀ ਅਸੀਂ ਦੇਣੇ ਨਾ ਹੀ ਕੋਈ ਤੁਹਾਨੂੰ ਦੇਊਗਾ ਸੋ ਇਹ ਗੱਲਾਂ ਕਰਨੀਆਂ ਬੰਦ ਕਰੋ ਤੁਸੀਂ ਸਟੇਜ ਲਾਓ ਬੀਜੇਪੀ ਦੇ ਖਿਲਾਫ ਪ੍ਰਚਾਰ ਕਰੋ ਸਾਰਾ ਕੁਝ ਕਰੋ ਪਰ ਲੋਕਾਂ ਨੂੰ ਤੰਗ ਕਰਨਾ ਬੰਦ ਕਰੋ ਚਰਨਜੀਤ ਸਿੰਘ ਚੰਨੀ ਹੋਰੀ ਕਹਿ ਰਹੇ ਕਹਿੰਦੇ ਸੁਨੀਲ ਜਾਖੜ ਕਿਸਾਨ ਵਿਰੋਧੀ ਹੈ Dalit ਵਿਰੋਧੀ ਹੈ ਔਰ ਸੁਨੀਲ ਜਾਖੜ ਨੂੰ ਅੱਗੇ ਲਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਬੀਜੇਪੀ ਕਰ ਰਹੀ ਹੈ ਇਹ ਚਰਨਜੀਤ ਸਿੰਘ ਚੰਨੀ ਕਹ ਰਹੇ ਮੈਂ ਸਮਝਦਾ ਮੈਂ ਵੀ ਜੋ ਕੁਝ ਤੁਸੀਂ ਕਾਂਗਰਸ ਵਾਸਤੇ ਕਰਤਾ ਚੰਨੀ ਜੀ ਕਾਂਗਰਸ ਨੂੰ ਤੁਸੀਂ ਮੁਬਾਰਕ ਕਾਂਗਰਸ ਤੁਹਾਨੂੰ ਸਾਹਮਣੇ ਕਾਂਗਰਸ ਨੇ ਜੋ ਕੁਝ ਕੀਤਾ ਹੈ ਉਹਨਾਂ ਨਾਲ ਗੱਲ ਮੈਂ ਉੱਥੇ ਜਾ ਕੇ ਕਰੂੰਗਾ ਉਹਨਾਂ ਨੇ ਜੋ ਕੁਝ ਕੀਤਾ ਹੈ ਕਿ ਨਹੀਂ ਕੀਤਾ ਪਰ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਹ ਕਿਸਾਨਾਂ ਨੂੰ ਦੱਸਣ ਦੀ ਲੋੜ ਨਹੀਂ ਕਿਸਾਨ ਆਲਰੇਡੀ ਬੀਜੇਪੀ ਦੇ ਖਿਲਾਫ ਕਰ ਰਹੇ ਤੇ ਮੈਂ ਬੀਜੇਪੀ ਦਾ ਪ੍ਰਧਾਨ ਨਾ ਚਾਹੇ ਮੈਂ ਕਹਿ ਰਿਹਾ ਵੀ ਉਹ ਵਿਰੋਧ ਕਰਨ ਸ਼ਾਂਤੀਪੂਰਵਕ ਕਰਨ ਲੋਕਾਂ ਨੂੰ ਤੰਗ ਨਾ ਕਰਨ ਆਪਣੀ ਗੱਲ ਲੋਕਾਂ ਤਾਈ ਰੱਖਣ ਉਹ ਵੋਟ ਜਿਹੜੇ ਐ ਫੈਸਲਾ ਕਰਨ ਲੈ ਇਹ ਸਾਰੇ ਆਪ ਕੋਚੇ ਬੈਠ ਕੇ ਵੀ ਕਿਨੂੰ ਪਾਉਣੇ ਐ ਨਾ ਹੋ ਜੇ ਵੀ ਕਿਸਾਨਾਂ ਦੇ ਵੋਟ ਦੋ ਫਾੜ ਹੋ ਜਾਣ ਤਿੰਨ ਫਾੜ ਹੋ ਜਾਣ ਉਹ ਇੱਕ ਤਾਂ ਆਪਣੀ ਕੋ ਆਵਾਜ਼ ਪਹੁੰਚੇ ਇਹਨਾਂ ਚ ਕਿਹੜਾ ਬੰਦਾ ਲੱਗਦਾ ਜਿਹੜਾ ਲਾ ਕੇ ਉੱਥੇ ਇਹਨਾਂ ਦੀ ਆਵਾਜ਼ ਚੱਕ ਦੂਗਾ ਇੱਕ ਮਿੰਟ ਪੰਕਜ ਜੀ ਤੁਸੀਂ ਮੈਨੂੰ ਆਹ ਦੱਸੋ ਆ ਕਾਂਗਰਸ ਦੇ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਡਰਾ ਰੱਖਿਆ ਸਾਬ ਵਿਜੀਲੈਂਸ ਦਾ ਦਬਾਅ ਦੇ ਕੇ ਡਰਾ ਰੱਖਿਆ ਅਸੈਂਬਲੀ 'ਚ ਬੋਲ ਨਹੀਂ ਸਕਦੇ ਆ ਨਹੀਂ ਪੁੱਛਿਆ ਵੀ 20000 ਰੁਪਏ ਜਿਹੜੇ ਤੁਸੀਂ ਦੇਣੇ ਸੀਗੇ ਮੌਜੇ ਦੇ ਉਹ ਦਿੱਤੇ ਨਹੀਂ ਉਹ ਤੁਹਾਡਾ ਕੀ ਖਿਆਲ ਹੈ ਕਿਸਾਨਾਂ ਦਾ ਮੁੱਦਾ ਉੱਥੇ ਜਾ ਕੇ ਚੱਕ ਦੇਣਗੇ ਜੇ ਇਹਨਾਂ ਦੀ ਫਾਈਲਸ ਜਿਨ੍ਹਾਂ ਆਪਣੇ ਭਗਵੰਤ ਮਾਨ ਜੀ ਦਿਖਾ ਕੇ ਇਹਨਾਂ ਨੂੰ ਡਰਾ ਡਰਾ ਕੇ ਬਹਿ ਜਾਣੀ ਤਾਂ ਮੈਂ ਪਰਸੋਂ ਚੁੱਪ ਹੋਏਗਾ ਨਾ ਹੋਇਆ ਕਿ ਨਹੀਂ ਜ ਜਿਉਂ ਨੇ ਕਿਹਾ ਨਹੀਂ ਸੀ ਆਪਣੇ ਰਾਜਾ ਵਡਿੰਗ ਜੀ ਨੂੰ ਚੁੱਪ ਕਰਕੇ ਬਹਿ ਜਾ ਤਿੰਨ ਦਿਨਾਂ ਬਾਅਦ ਜਦੋਂ ਪਰਚਾ ਚੁੱਪ ਹੋਏਗਾ ਚੁੱਪ ਹੋ ਗਏ ਤੇ ਇਹ ਜਿਹੜੇ ਲੋਕ ਜਿਹੜੇ ਭਗਵੰਤ ਮਾਨ ਜੀ ਦੇ ਅੱਖ ਚੱਕ ਨਹੀਂ ਪਾ ਸਕਦੇ ਉਹ ਤੁਹਾਡਾ ਕੀ ਖਿਆਲ ਪਾਰਲੀਮੈਂਟ 'ਚ ਜਾ ਕੇ بڑے ਤੇ ਪ੍ਰਧਾਨ ਮੰਤਰੀ ਜੀ ਅੱਖ ਚੱਕ ਪਾ ਲੈਣਗੇ ਈਡੀ ਤਕੜੀ ਹੈ ਕਿ ਵਿਜੀਲੈਂਸ ਤਕੜੀ ਹੈ ਜਨੂਰੀ ਇਹ ਇਸੇ ਗੱਲ ਦਾ ਜ਼ਿਕਰ ਕਰ ਰਹੇ ਸੀ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਵਾਲਾ ਸਾਰਾ ਇਨਸੀਡੈਂਟ ਹੋਇਆ ਫਿਰੋਜ਼ਪੁਰ ਤੋਂ ਕਹਿੰਦਾ ਮੈਂ ਕਿਸਾਨਾਂ ਨਾਲ ਖੜਾ ਹੋਇਆ ਅੱਜ ਵੀ ਕਿਸਾਨਾਂ ਨਾਲ ਖੜਾ ਵਾਂ ਔਰ ਇਸੇ ਵਜ੍ਹਾ ਕਰਕੇ 2 ਸਾਲ ਤੋਂ ਮੈਨੂੰ ਏਜੰਸੀਆਂ ਤੰਗ ਕਰ ਰਹੀਆਂ ਈਡੀ ਤੰਗ ਕਰ ਰਹੀ ਵਿਜੀਲੈਂਸ ਤੰਗ ਕਰ ਰਹੀ ਹੈ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੇਰੇ ਖਿਲਾਫ ਜਾਣਬੁੱਝ ਕੇ ਇਸ ਤਰੀਕੇ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਕਿਸਾਨਾਂ ਨਾਲ ਖੜਿਆ ਫਿਰੋਜ਼ਪੁਰ ਦੇ ਵਿੱਚ ਜਦੋਂ ਮੋਦੀ ਹੋਰਾਂ ਨੇ ਆਣਾ ਸੀ ਚੰਨੀ ਜੀ ਤੁਹਾਨੂੰ ਕੋਈ ਵੀ ਪਰੇਸ਼ਾਨ ਕਿਰਸਾਨਾ ਕਰਕੇ ਨਹੀਂ ਕਰ ਰਿਹਾ ਤੁਹਾਡੀ ਪਰੇਸ਼ਾਨੀ ਹੈ ਵੀ ਕਰੇ 10 ਕਰੋੜ ਰੁਪਏ ਪਕੜੇ ਗਏ ਤੁਹਾਡੇ ਭਾਂਟ ਜੀ ਦੇ ਤੁਸੀਂ ਥੋੜੇ ਦਿਨ ਪਹਿਲਾਂ ਦਾ ਭਾਂਟ ਜਾ ਸੀਗਾ ਉੱਥੇ ਇੱਕ ਮੁੱਖ ਮੰਤਰੀ ਨਹੀਂ ਇੱਕ ਮੰਤਰੀ ਦੇ ਪੀਏ ਦੇ ਘਰੋਂ 30 ਕਰੋੜ ਰੁਪਏ ਪਕੜੇ ਗਏ ਤੇ ਮੰਤਰੀ ਜੀ ਆਏ ਬੈਠੇ ਤੁਸੀਂ ਸ਼ੁਕਰ ਕਰੋ ਜੇ ਤੁਹਾਡਾ ਨੰਬਰ ਨਹੀਂ ਆਇਆ ਕਿਹਨੂੰ ਬੇਵਕੂਫ ਬਣਾ ਰਹੇ ਹੋ 10 ਕਰੋੜ ਰੁਪਏ ਇੰਡੀਆ ਕੇ ਰੱਖੀ ਤੁਹਾਡੇ ਘਰੇ ਉਹਦੇ ਇਲਾਵਾ ਕਹਿੰਦੇ ਅਕਾਊਂਟ ਚ 35 ਕਰੋੜ ਰੁਪਏ ਪਤਾ ਨਹੀਂ ਇਹ ਕਿਹੜਾ ਜਿਸ ਤਰ੍ਹਾਂ ਆਵਾਜ਼ ਆਈ ਸੀ ਨਾ ਵੀ ਕੇਜਰੀਵਾਲ ਸਾਹਿਬ ਨੂੰ ਜਿਹੜੀ ਜ਼ਮਾਨਤ ਜਿਹੜੀ ਮਿਲੀ ਹੈ ਆਗੇ ਸਪੈਸ਼ਲ ਟ੍ਰੀਟਮੈਂਟ ਕੋਈ ਦਾ ਆਵਾਜ਼ ਆਈ ਸੀ ਤੇ ਮਨੂੰ ਲੱਗਦਾ ਵੀ ਇਹ ਇਹਨਾਂ ਤਾਂ ਜੀ ਹੱਥ ਨਹੀਂ ਪਿਆਦਾ ਜੀ ਕਿਸੇ ਨਾ ਕਿਸੇ ਸਪੈਸ਼ਲ ਟ੍ਰੀਟਮੈਂਟ ਦੇ ਤਹਿਤ ਵੀ ਇਹ ਇਹਨਾਂ ਨੂੰ ਥੋੜਾ ਜਿਆ ਲੰਬੀ ਰਸੀ ਟੀਲ ਦੇ ਰੱਖੀ ਹੈ ਜਿਹੜੇ 8 ਮਹੀਨੇ ਲਾ ਕੇ ਕੈਨੇਡਾ ਅਮਰੀਕਾ ਕੋਈ ਨਾ ਕੋਈ ਤਾਂ ਬਿਉਂਤਬੰਦੀ ਕਰਕੇ ਆਏ ਹੈ ਪਰ ਦੇਰ ਸਵੇਰ ਹੈ ਕਾਨੂੰਨ ਹੈ ਕਾਨੂੰਨ ਦੀ ਚੱਕੀ ਹੈ 20 ਦੀ ਬੜੀ ਧੀਰੇ ਹੈ ਪਰ 20 ਦੀ ਬਹੁਤ ਬਰੀ ਗੱਲ ਚੰਨੀ ਹਰੀ ਇੱਕ ਗੱਲ ਹੋਰ کہہ ਰਹੇ ਕਹਿੰਦੇ ਕੀ ਇੱਕ ਲਾਸਵਾਲ ਪੰਜਾਬ ਦੀ ਗੱਲ ਲਾਸਵਾਲ ਹੈ ਕਿ ਮੇਰੇ ਨਾਲ ਪੰਜਾਬ ਨਹੀਂ ਉਹ کہہ ਰਹੇ ਕਿ ਦੇਸ਼ ਦਾ ਸੰਵਿਧਾਨ ਬੀਜੇਪੀ ਖਤਮ ਕਰ ਦੇਗੀ ਬਦਲ ਦੇਗੀ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਣਗੇ ਵੋਟਾਂ ਨਹੀਂ ਪੈਣਗੀਆਂ ਇਸ ਗੱਲ ਦਾ ਜ਼ਿਕਰ ਇਸ ਗੱਲ ਦਾ ਕਲੇਮ ਚਰਨਜੀਤ ਸਿੰਘ ਚੰਨੀ ਹਰੀ ਕਰ ਰਹੇ ਹੈ ਇਹ ਸਾਰੇ ਕਰ ਰਹੇ ਸਾਬ ਮਸਲਾ ਹੈ ਹਰੇ ਕੋਈ ਆਪਣੀ ਜਾਨ ਬਚਾ ਰਿਹਾ ਹੁਣ ਤਾਂ ਕੇਜਰੀਵਾਲ ਸਾਹਿਬ ਤਾਂ ਕੱਲ ਇੱਥੇ ਵੀ ਆ ਕੇ ਆਏ ਰੋਣਾ ਰੋ ਕੇ ਗਏ ਹੈ ਵੀ ਜੇ ਵੋਟ ਮੈਨੂੰ ਨਹੀਂ ਪਾਇਆ ਤਾਂ ਮੈਨੂੰ ਅੰਦਰ ਜਾਣਾ ਪਊਗਾ ਉਹ ਕਿਹ ਸੁਵਿਧਾਨ ਵਿਚਾਰ ਰਿਹਾ ਇਹ ਜਿਹੜੇ ਆ ਤਿੰਨ ਚਾਰਾ ਲੜ ਰਹੇ ਆ ਇਹਨਾਂ ਦੇ ਉੱਤੇ ਵੀ ਵਿਜੀਲੈਂਸ ਦਾ ਕੇਸ ਚਨੀਜੀ ਤੇ ਵੀ ਭਗਵੰਦ ਮਾਨ ਜੀ ਨੇ ਕਿਹਾ ਸੀਗਾ ਸੁਖਜਿੰਦਰ ਰੰਦਾਵੇ ਹੋਰਾਂ ਦਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦੇ ਕੋਈ ਉਧਰ ਰਿਸ਼ਤਦਾਰੀ ਚ ਕੱਢ ਲਿਆ ਸੀਗਾ ਅਫਲ ਖਰਾਨੇ ਕੋਈ ਕੇਸ ਕੱਢੀ ਬੈਠੇ ਸੀਗੇ ਇਹਨਾਂ ਦੇ ਤਾਂ ਹੈਗੇ ਪਤਾ ਨਹੀਂ ਕਿੰਨੇ ਕੇਸ ਹੈ ਹਫੀਮ ਤੋਂ ਲੈ ਕੇ ਤੇ ਮਾਰ ਬਸ ਬੋਡੀਜ਼ ਤਾਂ ਕਿੰਨੇ ਕੇਸ ਹੈ ਉਹ ਨੇ ਜਿਹੜਾ ਲਗਾਤਾਰ ਦੇਸ਼ ਦੇ ਸੰਵਿਧਾਨ ਦਾ ਜ਼ਿਕਰ ਹੁੰਦਾ ਹੈ ਸੰਵਿਧਾਨ ਇਲੈਕਸ਼ਨ ਨਹੀਂ ਹੋਣਗੇ ਰਸ਼ੀਆ ਵਾਲਾ ਮਾਹੌਲ ਬਣ ਜਾਏਗਾ ਇਹ ਸਾਰੀ ਇੰਡੀਆ ਆਲਾਈਂਸ ਜਿਹੜਾ ਉਹ ਇਸ ਗੱਲ ਦਾ ਜ਼ਿਕਰ ਕਰਦਾ ਐ ਮੈਂ ਕਹਿ ਰਹਿਣੀਆਂ ਆਲਾਈਂਸ ਦਾ ਜੁੱਦਨ ਚੇਰਾ ਕੇਜਰੀਵਾਲ ਸਾਹਿਬ ਹੈ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਵੋਟ ਦਿਓਗੇ ਤਾਂ ਮੈਂ ਜੇਲ੍ਹ ਜਾਣ ਤੋਂ ਬਚ ਜੂ ਆ ਫਿਰ ਉਹ ਸੰਵਿਧਾਨ ਵਿਚਾਰੇ ਹੈ ਕਿ ਜੇਲ੍ਹ ਜਾਣ ਤੋਂ ਬਚਰੇ ਕਿਹੜੇ ਸੰਵਿਧਾਨ ਵਾਸਤੇ ਉਹ ਤਾਂ ਉਹਨਾਂ ਨੇ ਸੰਵਿਧਾਨ ਤਾਂ ਲਿਖਿਆ ਸੀ ਲਿਕਰ ਪਾਲਿਸੀ ਦਾ ਉਹਦੇ ਖੜ ਕੇ ਰੋਲਾ ਪਿਆ ਖੜਾ ਸਾਬ ਰੋਲਾ ਤਾਂ ਪਏ ਜਾਨ ਬਚਾਣ ਦਾ ਹੈ ਸੰਵਿਧਾਨਤਾ ਸੁਰੱਖਿਤ ਹੈ ਨਾ ਸੰਵਿਧਾਨ ਨੂੰ ਆਂਜ ਆਈ ਤੇ ਸੰਵਿਧਾਨ ਨੂੰ ਆਂਚ ਆਣੀ ਹੁੰਦੀ ਤਾਂ ਮжоਰਿਟੀ ਤਾਂ ਅੱਜ ਵੀ ਉਹਨਾਂ ਕੋਲ ਹੈਗੀ ਸਾਬ ਇੰਨੀ ਮжоਰਿਟੀ ਫੇਰ ਆਣੀ ਹੈ ਮжоਰਿਟੀ ਇਹਨਾਂ ਕੋਲ ਫੇਰ ਹੈ ਫੇਰ ਉਹਦੇ ਵਿੱਚ ਕੀ ਹੋਗਾ ਸਾਬ ਜਾਨ ਬਚਾਣ ਦੇ ਰੋਲੇ ਪਏ ਖੜੇ ਆ ਆਪਣੀ ਕਾਲੀ ਕਰਤੂਤਾ ਕਰਕੇ ਫਸਣਗੇ ਨਾ ਕਿ ਸੁਨੀਲ ਜਾਖੜ ਕਰਕੇ ਅੰਦਰ ਜਾਣਗੇ ਨਾ ਹੀ ਇਹਨਾਂ ਦਾ ਕੋਈ ਕਿਸੇ ਨੂੰ ਧਿਆਨ ਹੈ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਨੂੰ ਵੀ ਕਿਹੜੀ ਸ਼ਹਿਤੂਰੀ ਫਿਰਦੀ ਹੈ ਪਰ ਕਾਲੀ ਕਰਤੂਤ ਕਿਤੇ ਨਾ ਕਿਤੇ ਉਹਨਾਂ ਨੂੰ ਉਹਦਾ ਕੀਮਤ ਚੁਕਾਣੀ ਪੰਜਾਬ ਚ ਕਿੰਨੀਆਂ ਸੀਟਾਂ ਬੀਜੇਪੀ ਦੀਆਂ ਨਜ਼ਰ ਆਉਂਦੀਆਂ ਭਗਵੰਤ ਮਾਨ ਹੋਰੀ ਕਹ ਰਹੇ 13 0 ਸੁਖਵੀਰ ਬਾਦਲ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਆ ਬੀਜੇਪੀ ਨੂੰ ਕੋਈ ਸਹੀ ਅੰਕਲਨ ਕਿਉਂਕਿ ਤੁਹਾਡਾ ਸਿਆਸਤ ਚ ਬੜਾ ਲੰਬਾ ਤਜਰਬਾ ਹੈ ਇੱਕ ਇੱਕ ਸੀਟ ਦਾ ਅੰਕਲਨ ਕੀਤਾ ਜਾਂਦਾ ਕਿੰਨੀਆਂ ਸੀਟਾਂ ਤੁਹਾਨੂੰ ਲੱਗਦੀਆਂ ਕਿ ਇਹ ਸੀਟਾਂ ਜਿੱਤੀਆਂ ਜਾ ਸਕਦੀਆਂ ਕੋਈ ਬਚੀ ਹੈ ਦੋ 26 ਤੱਕ ਗਿਣਤੀਆਂ 13 ਆਇਆ ਲਈ ਬੈਠੇ ਆ 13 ਕੋ ਲਈ ਬੈਠੇ 26 ਹੋ ਗਈ ਤੇਰਾ ਕਾਂਗਰਸ ਵਾਲੇ ਨੇ 13 ਹੋਰ ਲਾ ਲ 39 ਹੋ ਗਿਆ ਹੋਰ ਦੱਸੋ ਇਹ ਦੱਸੋ ਤੁਹਾਡੀਆਂ ਕਿੰਨੀਆਂ ਸੀਟਾਂ ਲੱਗਣ ਸਾਨੂੰ ਉਨੀਆਂ ਹੀ ਸੀਟਾਂ ਮਿਲਣਗੀਆਂ ਜਿੰਨੇ ਲੋਕ ਸਾਡੇ ਤੇ ਜਿੰਨਾ ਆਸ਼ੀਰਵਾਦ ਦੇਣਗੇ ਲੋਕਾਂ ਨੂੰ ਪਤਾ ਹੈ ਵੀ ਅੱਜ ਪੰਜਾਬ ਦੀ ਸਮੱਸਿਆ ਕੀ ਹੈ ਹੁਣੇ ਆਪਾਂ ਗੱਲ ਕਰਕੇ ਹਟਿਆ ਵੀ ਯੋਗੀ ਜੀ ਹੈ ਅਮਿਤ ਸ਼ਾਹ ਜੀ ਹੈ ਮੋਦੀ ਸਾਹਿਬ ਦੀ ਬਾਰੀ ਬਾਰੀ ਕਿਉਂ ਪੁਕਾਰ ਹੋ ਰਹੀ ਹੈ ਜਿ ਇਹਨਾਂ ਦੇ ਦਰਸ਼ਨ ਕਰਕੇ ਕੰਮ ਚੱਲਦਾ ਸੀਗਾ ਲੋਕਾਂ ਨੇ ਤੇ 93 ਸੀਟਾਂ ਦਿੱਤੀਆਂ ਸੀ ਇਹਨਾਂ ਨੂੰ ਉਹਨਾਂ ਤਾਂ ਕਾਂਗਰਸ ਜੀ ਦੇ ਨਾਲ ਹੈ ਦੋ ਮੂੰਹ ਹੈ ਸਾਬ ਦੋ ਮੂੰਹ ਹੈ ਇੱਥੇ ਤੁਸੀਂ ਆਏ ਹੋ ਇੱਥੇ ਇੱਥੇ ਇਕੱਠੇ ਆਪਾਂ ਪੰਚਕੂਲਾ ਬੈਠੇ ਆ ਰਿਆਣੀ ਚ ਇਕੱਠੇ ਹੈ ਚੰਡੀਗੜ੍ਹ ਚ ਇਕੱਠੇ ਹੈ ਇੱਕ ਪੈਰ ਚੱਕਦੇ ਹੋ ਇਧਰ ਇਕੱਠੇ ਹੈ ਇਧਰ ਆ ਕੇ ਆਪਾਂ ਚੇ ਫਿਰ ਲੋਕਾਂ ਨੂੰ ਬੇਵਕੂਫ ਬਣਾ ਰਹੇ ਦੋ ਮੂੰਹੇ ਜਿਹੜੇ ਵੀ ਹੁੰਦੇ ਨਾ ਕੋਈ ਵੀ ਚੀਜ਼ ਐਨੀ ਸਪੀਸੀਸ ਇਸ ਖਤਰਨਾਕ ਖਤਰਨਾਕ ਹੁੰਦੀ ਜੇ ਜਦਾ ਧੜੇ ਕੋਵੇ ਮੂੰਹ ਧੋਣ ਜਿਹਨੂੰ ਮੂੰਹ ਧੋਵੇ ਬਹੁਤ ਮਤਲਬ ਉਹਨਾਂ ਦੇ ਹੱਥ ਲੱਗੇ ਜਿਹੜਾ ਬਹੁਤ ਹੀ ਇਹ ਘਾਤਨਾਕ ਹੁੰਦੇ ਤੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਰੋਡ ਖਰਾਬ ਨਾ ਕਰਨ ਇਹਦੇ ਨਾਲ ਤਾਂ ਦੇਖ ਲੈ ਵੋਟ ਜੇ ਪਾਣੀ ਹੈ ਕੇਜਰੀਵਾਲ ਸਾਹਿਬ ਨੂੰ ਪਾਣੀ ਫਿਰ ਕੇਜਰੀ ਸਾਹਿਬ ਨੂੰ ਪਾ ਦੇ ਉਹਨਾਂ ਨੂੰ ਦੇ ਕੇ ਕੀ ਕਰਾਂਗੇ ਇਹਨਾਂ ਨੇ ਤਾਂ ਗੁੱਡੇ ਟੇਕ ਹੀ ਰੱਖੇ ਲਾਸਵਾਲ ਜੇਕਰ ਦੁਬਾਰਾ ਗਵਰਨਮੈਂਟ ਬੀਜੇਪੀ ਦੀ ਬੰਦੀ ਹੈ ਪੰਜਾਬ ਲਈ ਪੰਜਾਬ ਦੀ ਲੀਡਰਸ਼ਿਪ ਸੁਰੀਲ ਜਾਖੜ ਪੰਜਾਬ ਲਈ ਕੀ ਕੀ ਕਰਵਾ ਸਕਦੇ ਹੈ ਕਿ ਇਹ ਚੀਜ਼ਾਂ ਅਗਲੇ 6 ਮਹੀਨੇ 1 ਸਾਲ ਚ ਅਸੀਂ ਸਭ ਤੋਂ ਪਹਿਲਾਂ ਪੰਜਾਬ ਲਈ ਕਰਵਾਵਾਂਗੇ ਲੋਕ ਤੁਹਾਨੂੰ ਸੁਣਦੇ ਲੌ ਐਂਡ ਆਰਡਰ ਦੀ ਸਾਡੀ ਸਭ ਤੋਂ ਵੱਡੀ ਮੇਨ ਸਮੱਸਿਆ ਹੈ ਜਿਸ ਕਿਸਮ ਦੀ ਵੀ ਕੋਈ ਇਹਨਾਂ ਨੂੰ ਮਦਦ ਕੇਂਦਰ ਤੋਂ ਚਾਹੀਦੀ ਹੈ ਇਹਨਾਂ ਨੂੰ ਚਾਹੀਦਾ ਹੈ ਵੀ ਆ ਕਨਫਰੋਂਟੇਸ਼ਨ ਦਾ ਐਟੀਟਿਊਡ ਇਹਨਾਂ ਨੂੰ ਛੱਡਣਾ ਪਊਗਾ ਲੋਕ ਇਹਨਾਂ ਨੂੰ ਝਟਕਾ ਦੇਣਗੇ ਭਗਵੰਤ ਮਾਨ ਜੀ ਨੂੰ ਵੀ ਇਹ ਕਹਿ ਲਾਉਗੀ ਵੀ ਲੋਕ ਡਿਵੈਲਪਮੈਂਟ ਚਾਹੁੰਦੇ ਆ ਝੂਟਕਲੇ ਨਹੀਂ ਸੁਣਨਾ ਚਾਹੁੰਦੇ ਲੋਕ ਛੱਲੇ ਨਹੀਂ ਸੁਣਨਾ ਚਾਹੁੰਦੇ ਤੁਸੀਂ ਛੱਲੇ ਬਾਅਦ ਚ ਗਾਲਿਓ ਪੰਜਾਬ ਦੀ ਗੱਲ ਕਰੋ ਇੰਡਸਟਰੀ ਉਦੋਂ ਲੱਗੂਗੀ ਪੰਕਜ ਜੀ ਜਦੋਂ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਹੋਊਗਾ ਜੋ ਹਾਲਾਤ ਬਣੇ ਹੋਏ ਐ ਜੀ ਦੀ ਬਾਰੀ ਬਾਰੀ ਗੱਲ ਆ ਰਹੀ ਵੀ yogi ji nu bulao ਉਹਨਾ ਹਾਲਾਤਾਂ ਜੇ ਸਭ ਕਿਸੇ ਨੇ ਆ ਕੇ ਇੱਥੇ ਫੈਕਟਰੀ ਨਹੀਂ ਲਾਣੀ ਸੋ ਲਾਅ ਐਂਡ ਆਰਡਰ ਮੈਂ ਸਮਝਦਾ ਪਹਿਲਾਂ ਉਹ ਸੁਧਾਰਿਆ ਜਾਵੇ ਵਪਾਰੀਆਂ ਦੇ ਕਿਸਾਨਾਂ ਨੂੰ ਤੁਸੀਂ ਸਿੰਘ ਫਸਾ ਰੱਖਿਆ ਥੋੜਾ ਕੀ ਖਿਆਲ ਐ ਇੱਥੇ ਆ ਕੇ ਕੋਈ ਵਪਾਰ ਲੱਗੂਗਾ ਸਭ ਦੇ ਐਕਸਪੋਰਟਰਸ ਦੇ ਉਹਨਾਂ ਨੂੰ ਕੰਟੇਨਰ ਨਹੀਂ ਮਿਲ ਰਹੇ ਬਿਕੋਜ਼ ਰੇਲਵੇ ਟਰੈਕਸ ਬੰਦ ਪਈ ਹੈ ਉਹਨਾਂ ਦੇ ਕਰੋੜਾਂ ਅਰਬਾਂ ਰੁਪਏ ਦਾ ਰੋਜ਼ ਦੇ ਜੁੜਦੇ ਹੈ ਸਭ ਸੈਂਕੜੇ ਰੁਪਏ ਦਾ ਸਮਾਨ ਇਥੋਂ ਬਣ ਕੇ ਜਾਂਦਾ ਹੈ ਇਸੰਨੀ ਦਾ ਮਸਲਾ ਹੱਲ ਕਰਾਓ ਕਿ ਔਰ ਕੀ ਬਾਰਡਰ ਖੁੱਲਣਾ ਚਾਹੀਦਾ ਕਿਉਂਕਿ ਲਗਾਤਾਰ ਮੰਗੋ ਠੀਕ ਹੈ ਕਿ ਪਾਕਿਸਤਾਨ ਵਾਲਾ ਬਾਰਡਰ ਖੋਲੋ ਔਰ ਉਸ ਤੋਂ ਬਾਅਦ ਪੰਜਾਬ ਆਪਣੇ ਆਪ ਪੈਰਾਂ ਦੇ ਉੱਤੇ ਖੜਾ ਹੋ ਜਾਏਗਾ ਪੰਕਜ ਜੀ ਬੜੇ ਸੀਰੀਅਸ ਇਸ਼ੂ ਹੈ ਤੁਸੀਂ ਸਾਰੇ ਰਗਦੋਲ ਦਿਓਗੇ ਆ ਡਬਲਿਊਟੀਓ ਬੜਾ ਸੀਰੀਅਸ ਇਸ਼ੂ ਹੈ ਮੈਂ ਉਹਨਾਂ ਨੂੰ ਪੰਦੇੜ ਜੀ ਨੂੰ ਸੁਣ ਰਿਹਾ ਸੀ ਪਹਿਲੇ ਤਾਂ ਉਹਨਾਂ ਨੇ ਕਿਹਾ ਵੀ ਡਬਲਯੂਟੀਓ ਹਟਾ ਦੇ ਹੁਣ ਵਾਲੀ ਜੀ ਡਬਲਯੂਟੀਓ ਗਾਇਬ ਹੋ ਗਿਆ ਪਹਿਲਾਂ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਤੁਸੀਂ ਉੱਥੇ ਸੀਗੇ ਕਿਹਾ ਉਹਨਾਂ ਨੇ ਡਬਲਯੂਟੀਓ ਖਤਮ ਹੋਣਾ ਚਾਹੀਦਾ ਐਮਬਰਗਿਨਾਇਆ ਜ਼ੋਨ ਗਿਣਾਇਆ ਉਹਨਾਂ ਨੇ ਗ੍ਰੀਨ ਜ਼ੋਨ ਗਿਣਾਇਆ ਪਤਾ ਨਹੀਂ ਕਿਹੜਾ ਆ ਕੇ ਸਮਝਾ ਗਿਆ ਉਹਨਾਂ ਨੂੰ ਉਦੋਂ ਦੀ ਉਹ ਕੁੰਟੀ ਲਈ ਫਿਰਦੇ ਪਰ ਹੁਣ ਚੁੱਪ ਹੋ ਗਏ ਇੱਕ ਪਾਸੇ ਕਹਿੰਦੇ ਆ ਬਾਡਰ ਖੋਲੋ ਦੂਜੇ ਪਾਸੇ ਕਹਿੰਦੇ ਆ ਬੰਦ ਕਰੋ ਬਾਸਮਤੀ ਵਾਲਿਆਂ ਦਾ ਕੀ ਹੋਊਗਾ ਸ ਅਗਰ ਤੁਸੀਂ ਬੰਦ ਕਰ ਦਿੰਨੇ ਹੋ ਆ ਡਬਲਯੂਟੀਓ ਬੰਦ ਕਰਵਾ ਦਿੰਨੇ ਹੋ ਉਸ ਨੂੰ ਕੱਢਣ ਲੈਨੇ ਹੋ ਤਾਂ ਤੁਹਾਡਾ ਇੱਥੇ ਮਿਡਲ ਲਿਸਟ ਸਾਰਾ ਹੀ ਜਾਂਦਾ ਜੀ ਆਪਣਾ ਬਾਸਮਤੀ ਰੋਲਦੇ ਹੁਣ ਬਾਸਮਤੀ ਵਾਲੇ ਕਿਸਾਨ ਉਹ ਕਿਸਾਨਾਂ ਦੇ ਹਿੱਤ ਹੈ ਸੀ ਸਰ ਗੱਲ ਨਹੀਂ ਕਰਦੇ ਕੋਈ ਨਹੀਂ ਗੱਲ ਕਰਦਾ ਇਸ ਕਰਕੇ ਬੜੇ ਸੀਰੀਅਸ ਇਸ਼ੂ ਹੈ ਐਵੇਂ ਤੁਸੀਂ ਮੈਂ ਬੈਠ ਕੇ ਮੇਰੇ ਕੋਲ ਮੇਰੇ ਕੋਲ ਤਾਂ ਕੋਈ ਗਿਆਨ ਦੀ ਕੂੜੀ ਨਹੀਂ ਚੰਨੀ ਜੀ ਕੋਲ ਹੋਣੀ ਹੈ ਕਿਸਾਨਾਂ ਨੂੰ ਉਹਨਾਂ ਕੋਲ ਬਹੁਤ ਸਿਆਣੇ ਸਾਬ ਉਹ ਬਹੁਤ ਕੁਝ ਕਰ ਕਰ ਸਕਦੇ ਜਿਹਨੂੰ ਮਨੂੰ ਬੱਕਰੀ ਚੋਣੀ ਨਹੀਂ ਆਂਦੀ ਸਭ ਮੈਂ ਇਸ ਕਰਕੇ ਮਜ਼ਾਕ ਕਰਕੇ ਨਹੀਂ ਕਹ ਰਿਹਾ ਕਿਸਾਨ ਦੀ ਸਮੱਸਿਆ ਉੱਥੇ ਹੱਲ ਹੋ ਗਈ ਸਾਬ ਐਨੀਮਲ ਹਸਬੈਂਡਰੀ ਸ਼ੀਪ ਫਾਰਮ ਆਸਟ੍ਰੇਲੀਆ ਸਾਰੇ ਐਗਰੀਕਲਚਰ ਇਕਨੋਮੀ ਉਹਨਾਂ ਦੀ ਸ਼ੀਪ ਬਰੀਡਿੰਗ ਤੇ ਆ ਸਾਬ ਉਹ ਠੀਕ ਹੈ ਬੱਕਰੀਆਂ ਨਹੀਂ ਚੁੰਦੇ ਇਹਨਾਂ ਵਾਂਗੂ ਬਟ ਦੈਟ ਇਜ਼ ਦਾ ਇਸ਼ੂ ਸਾਬ ਇਹ ਇਹ ਨਹੀਂ ਮਜ਼ਾਕ ਬਣਾਤਾ ਜਦੋਂ ਅੱਜ ਬੱਕਰੀ ਦਾ ਨਾਮ ਹੈ ਸਭ ਤੋਂ ਪਹਿਲਾਂ ਚੰਨੀ ਜੀ ਦਾ ਨਾਮ ਆਉਂਦਾ ਵਿੱਚਨੀ ਜੀ ਨੇ ਉਹ ਉਹ ਤਾਂ ਬੱਕਰੀ ਚੋਲ ਚੋਲ ਲੈਂਦੇ ਸੋ ਚੀਫ ਮੰਤਰੀ ਤੋਂ ਦੇ ਕਮਾਨਿਸਮ ਆਪਾਂ ਕਈ ਭੁਖੇ ਮੰਤਰੀ ਮਜ਼ਾਕ ਬਹੁਤ ਸੋਣਾ ਕਰਦੇ ਕਰੋ ਸਭ ਘਰੇ ਬੈਠ ਕੇ ਕਰ ਲੋ ਜਦੋਂ ਰਿਟਾਇਰ ਹੋ ਜਾਓਗੇ ਫਿਰ ਕਰ ਲਿਓ ਪਹਿਲਾਂ ਕਰਦੇ ਰਹੋ ਅੱਜ ਤਾਂ ਗਵਰਨੈਂਸ ਦੀ ਸੀ ਉਹ ਗਵਰਨੈਂਸ ਦੀ ਗੱਲ ਨਹੀਂ ਇਹਨਾਂ ਨੇ ਮਜ਼ਾਕ ਦੋਨਾਂ ਨੇ ਉਹ ਕਹਿੰਦਾ ਮੈਂ ਬੱਕਰੀ ਚੋਲਣਾ ਉਹ ਕਹਿੰਦਾ ਮੈਂ ਚੱਲੇਗਾ ਲਾਣਾ ਫਿਰ ਗਾਓ ਸਭ ਚੱਲੇਗਾ ਉਹ ਪੰਜਾਬ ਨੂੰ ਚੱਲਾਣਾ ਬਣਾਉ ਮੈਂ ਇੰਨਾ ਹੀ ਕਹਿਣਾ ਚਾਹਨਾ ਸੋ ਸੀਰੀਅਸ ਇਸ਼ੂਜ਼ ਹੈਗੇ ਮੇਰੀ ਫੇਰ ਅਪੀਲ ਹੈ ਤੁਹਾਡੇ ਰਾਈ ਮੈਂ ਬਾਰ ਬਾਰ ਦੁਹਰਾ ਰਿਹਾ ਹਾਂ ਪੰਕਜ ਜੀ ਮੇਰੀ ਬੇਨਤੀ ਹੈ ਇੱਕ ਪੰਜਾਬ ਦੇ ਲੋਕਾਂ ਤਾਂ ਇਸ ਨੇ ਸਾਰਿਆਂ ਨੂੰ ਦੇ ਦਿਓ ਜ਼ਿੰਮੇਵਾਰੀ ਲੋਕਾਂ ਦੀ ਵੀ ਬਣਦੀ ਹੈ ਅੱਗ ਲਾਣੀ ਬੜੀ ਸੌਖੀ ਹੁੰਦੀ ਹੈ ਸਭ ਇੱਕ ਮਾਚਿਸ ਦੀ ਤਿੱਲੀ ਨਾਲ ਅੱਗ ਲੱਗ ਜਾਂਦੀ ਹੈ ਬੁਝਾਣੀ ਸਾਰਾ ਪਿੰਡ ਲੱਗ ਜਾਂਦਾ ਹੈ ਖੜੇ ਦੇ ਵਿੱਚ ਅੱਗ ਲੱਗੀ ਨਹੀਂ ਬੁਝਦੀ ਸਭ ਆ ਤਾਂ ਪੰਜਾਬ ਹੈ 25000 ਨਿਰਦੋਸ਼ ਪੰਜਾਬੀਆਂ ਨੇ ਜਾਨ ਆਪਣੇ ਖੂਨ ਨਾਲ ਜਿਹੜੀ ਅੱਗ ਬੁਝਾਈ ਹੈ ਐਨ ਵੀ ਐਨ ਆਰੋੜੋ ਸਾਹਿਬ ਆ ਜਿਹੜੇ ਫਰਕ ਪਾ ਰਹੇ ਹੋ ਨਾ ਤੁਸੀਂ ਸ਼ਹਿਰੀ ਪਿੰਡੂ ਲੋਕਾਂ 'ਚ ਕਿਸਾਨ ਤੇ ਵਪਾਰੀ ਦੇ ਵਿੱਚ ਆ ਮਜ਼ਦੂਰ ਤੇ ਜ਼ਿਮੀਦਾਰਾਂ ਦੇ ਵਿੱਚ ਆ ਆ ਨਾ ਕਰੋ ਸਾਹਿਬ ਇਹ ਸਾਰੇ ਅੰਦੋਲਨ ਦੇ ਮਜ਼ਦੂਰ ਕਿੱਧਰ ਡੋਲ ਗਿਆ ਸਾਹਿਬ ਮਜ਼ਦੂਰ ਕਿੱਧਰ ਗਿਆ ਸਾਹਿਬ ਕੋਈ ਗੱਲ ਕਰਦਾ ਨਾਮ ਲਾ ਰੱਖਿਆ ਮਜ਼ਦੂਰ ਦਲ ਫਲਾਣਾ ਦਲ ਇੱਥੇ ਕੋਈ ਗੱਲ ਸੁਣੀ ਕਿਸੇ ਦੀ ਐਮ ਐਸ ਪੀ ਆਰ ਨਾਲ ਮਜ਼ਦੂਰ ਦਾ ਕੀ ਉਹ ਨਿਕਲ ਜਿਓ ਸਾਹਿਬ ਕੋਈ ਨਹੀਂ ਗੱਲ ਕਰਦਾ ਸੁਨੀਲ ਜਖੜ ਖੜਗਲ ਕਰਦਾ ਇਸ ਕਰਕੇ ਮਾੜਾ ਵੀ ਸਾਡੇ 'ਚ ਘੁੱਟ ਪਾਰਿਆ ਸੁਨੀਲ ਜਖੜ ਮੈਂ ਤਾਂ ਨਹੀਂ ਕਰਦਾ ਤੁਸੀਂ ਕਰੋ ਸਾਡਾ ਵਿਰੋਧ ਦੋ ਗੱਲਾਂ ਕਲੀਅਰ ਕਰ ਦੋ ਸਭ ਸੁਨੀਲ ਚੰਦਾ ਬਿਲਕੁਲ ਤੁਸੀਂ ਡਟ ਕੇ ਵਿਰੋਧ ਕਰੋ ਪਰ ਲੋਕਤੰਤਰਿਕ ਅਧਿਕਾਰ ਹੈ ਤੁਹਾਡਾ ਪਰ ਲੋਕਤੰਤਰ ਦੀ ਸੀਮਾਵਾਂ ਦੇ ਵਿੱਚ ਰਹਿ ਕੇ ਕਰੋ ਬਣਾਓ ਕਿਸੇ ਪਾਰਟੀ ਨੂੰ ਜਿਤਾ ਕੇ ਭੇਜੋ ਮੈਂ ਤਾਂ ਨਹੀਂ ਰੋਕਦਾ ਮੈਂ ਤਾਂ ਤੁਹਾਡੇ ਅੱਖ ਚ ਧੰਨਵਾਦ ਤਾਂ ਸੁਨੀਲ ਜਾਖੜ ਹੋਰੀ ਪੰਜਾਬ ਦੇ ਮੁੱਦਿਆਂ ਤੇ ਖੁੱਲ ਕੇ ਗੱਲਬਾਤ ਜਿਹੜੀ ਕਰ ਰਹੇ ਸੀ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਿਕ ਪੈ న్యూਸ 18 ਚੰਡੀਗੜ੍ਹ